ਕਿ ਮੇਰੇ ਨਾਲ ਜਿਹੜਾ ਮਰਜ਼ੀ ਬੰਦਾ ਬਾਹ ਫੜਵਾ ਲਏ, ਮੈਂ ਛੜਾ ਲਵੇ ਤੇ ਮਰ ਜਾਗਾ। ਸੌ ਸਾਲ ਉਮਰ ਹੋ ਗਈ ਬਾਬਾ ਜੀ ਦੀ। ਮਤਲਬ ਮਿਲ ਕੇ ਮੈਂ ਪੈਸੇ ਲਿਆਉਣੇ ਨੇ। ਅੱਛਾ, ਉਹ ਫਿਰ ਨਾ ਨਾਲ ਦਿੰਦੇ, ਟਰੱਕ ਵੀ ਲਿਆਏ ਸਨ ਉਹ ਤੇ ਨਾਲ ਅਮਲਾ ਸੀ, ਨਾਲ ਪੁਲਿਸ ਵਾਲੇ ਤੇ ਫਿਰ ਨਾਲ ਠਾਣੇ ਮਦਦ ਲਈ ਸਨ ਆਪਣੇ ਤੇ ਫਿਰ ਪਿੰਡ ਆਏ ਸਨ। ਉਹ ਪੈਸੇ ਮੈਂ ਪੱਟੇ ਸਨ, ਆਪਣੀ ਹੱਥੀ ਪੱਟੇ ਨੇ, ਪੰਜੀ ਥਾਈ ਪੱਟੇ ਸਨ। ਬਾਵੇ ਦਾ ਖੂਹ, ਬਾਵਾ ਸੇਵਾ ਦਾਸ ਦਾ ਖੂਹ, ਬਾਵੇ ਵਾਲਾ ਇੱਕ ਲੱਖ ਦਾ ਖੂਹ, ਦੋ ਗੋਏ ਤੇ ਇੱਕ ਗਿਲ ਆਪਣਾ ਬਿਜੀ ਵਾਲਾ, ਦੋ ਗਏ ਇੱਕ ਕਰਮ ਸਿੰਘ ਸ਼ਾਹ ਦਾ, ਉਸ ਨਾਲ ਅਜੇ ਹਲਟੀ ਹੀ ਪਾਈ ਸੀ, ਵਾਹਿਆ ਕੋਈ ਨੀ ਸੀ। ਤੇ ਇੱਕ ਹੋ ਗਿਆ ਬਾਠਾ ਵਾਲਾ, ਇੱਕ ਹੋ ਗਿਆ ਇੱਕ ਘਰ ਨੋਕੂ ਤਲੋਕੂਰੀ, ਦੋ ਭਰਾ ਸਨ ਉਹਨਾਂ, ਪੰਜ ਛੇ ਬੰਦੇ ਸਨ ਉਹ, ਸਿਰਫ ਵੱਖਰੇ ਇੱਕ ਧੜਾ। ਇਹਨਾਂ ਨੂੰ ਉੱਥੇ ਮੇਲਾ ਲੱਗਦਾ, ਬੜਾ ਮਾਰਿਆ ਆਪਣਾ ਉਹਨਾਂ ਨੂੰ ਵਿਚਾਰਿਆਂ ਨੂੰ। ਤੇ ਉਸ ਜਿਹੜਾ ਨੇ ਸਾਧੂ ਉਹਨਾਂ ਚ ਬੜਾ ਜਵਾਨ ਸੀ, ਉਸ ਅੱਠਾ ਡੰਗਾਂ ਨੂੰ ਢੁੱਕਣ ਜਾਣਾ ਸੀ ਕੱਛ ਕੰਨ, ਤੇ ਉਹਨੂੰ ਬੜਾ ਮਾਰਿਆ ਸਨ। 80 ਡਾਂਗਾਂ ਉਦੋਂ ਉਹਨਾਂ ਨੂੰ ਗਿਣਦੇ ਸਨ, ਆਉਂਦੇ ਨੇ ਡਾਕਟਰ ਗਿਣੀਆਂ ਨੇ, ਮੇਰੇ 80 ਡਾਂਗਾਂ ਲੱਗੀਆਂ ਨੇ। ਹਾਂ, ਤੇ ਉਹ ਫਿਰ ਨਾ ਢੁੱਕ ਕੇ ਆ ਗਿਆ ਸੀ। ਜਦੋਂ ਫਿਰ ਦੂਜਾ ਲੱਗਾ ਨਾ ਮੇਲਾ, ਦੂਜਾ ਸਾਲ ਹੋਇਆ, ਉਹ ਨਿਹੰਗ ਬਣ ਗਏ। ਵਿਆਹ ਦੇ ਸਾਰੇ ਵੇਖੇ ਜੇ ਸਾਂ, ਅਸਾਂ ਵਿਆਹ ਵੇਖ ਲਓ, ਗਿਆਨ ਸਿੰਘ ਜੀ ਦਾ ਧੀ ਦਾ ਵਿਆਹ, ਵੱਡਾ ਪਤਾ ਉਹ ਸੁਣਾ, ਇਹ ਕੀਤਾ ਸੀ ਵੀ ਜਿਹੜਾ ਕੁੜਮ ਸੀ ਨਾ ਅੱਜਕੱਲ ਪਿੰਡ ਤਰਾਈਆਂ, ਅੱਛਾ, ਉੱਥੋਂ ਜੰਝ ਆਈ ਸੀ, ਇਹ ਸਾਖੀ ਵੇਖੀ ਸੀ। ਅੱਛਾ, ਉਹ ਕੁੜਮ ਨੇ ਨਾ ਅੱਜ ਨਾ ਘੋੜੀ ਦਿੱਤੀ ਸੀ, ਨਾਲ ਮਰਾ ਸੀ ਨਾ ਪਿੰਡ ਦਾ, ਜਿਹੜੇ ਘੋੜੀ ਫੜ ਕੇ ਖੜਾ ਸੀ ਤੇ ਕਾਠੀ ਪਾ ਕੇ ਕੁੜਮੀ ਨੂੰ ਨਾਲ ਘੋੜੀ ਦਿੱਤੀ ਤੇ 21 ਮੱਝਾਂ ਦਿੱਤੀਆਂ ਉਹ ਗਿਆਨ ਸਿੰਘ ਨੇ, 21 ਮੱਝਾਂ, 21 ਮੱਝਾਂ ਦਿੱਤੀਆਂ ਹਨ। ਉਹ ਬੜਾ ਸਰਦਾਰ ਤੇ ਵੱਡਾ ਗਏ। ਅੱਛਾ, ਇੱਕ ਸ਼ੀਆ ਸਿੰਘ ਸੀ, ਉਹ ਬੈਠ ਕੇ ਛੱਤ ਗਏ ਨਾ ਨਵੀਂ। ਅੱਛਾ, ਤੇ ਉਹ ਨਾ ਕਾਬਲੇ ਕੁਬਲੇ ਨਾ ਲਾਂਦਾ ਸੀ, ਉਦੋਂ ਹੱਲਾ ਗੁੱਲਾ ਹੁੰਦਾ ਸੀ ਪਿਆ, ਤੇਜੂ ਸੀ ਜੱਟ, ਉਹ ਵੀ ਪੱਕੇ ਮਕਾਨ ਛੱਟ ਕੇ ਨਾ ਵਿੱਚ ਨਹੀਂ ਵੜਿਆ। ਉਹ ਨਾਲੇ ਆਉਂਦਾ ਸੀ, ਉਹ ਕੋਈ ਉਹ ਨਾ ਬੂਹੇ ਜਿਹੜਾ ਲਵਾਉਂਦਾ ਸੀ ਨਾ, ਸਾਡੀ ਸੇਫ ਸੀ ਨਾ ਜੀ, ਗੁੱਟੇ ਵੱਡੀ ਮਿੱਟੀ ਸਵਾਲੇ ਸਾ, ਉਹ ਆਉਂਦਾ ਸੀ ਕੋਈ ਆਵੇਗਾ ਤੇ ਬੂਹੇ ਵੀ ਆਖੇ ਤਾਂ ਨੌਕਰੀ ਲਵਾ ਕੇ ਗਿਆ, ਵਿੱਚ ਨਹੀਂ ਵੜੇ ਉਹ ਬੂਹੇ ਲਵਾ ਕੇ ਗਿਆ, ਬੂਹੇ ਲਵਾ ਕੇ ਅਸਲਾਮ ਅਲੈਕਮ, ਸਤਿ ਸ਼੍ਰੀ ਅਕਾਲ, ਆਦਾਬ ਦੋਸਤੋ। ਸਬਜ਼ਾ ਪੰਜਾਬ ਦੀ ਟੀਮ ਪਿੰਡ ਅੰਮੋਕੇ ਤਹਿਸੀਲੋ ਜ਼ਿਲ੍ਹਾ ਸ਼ੇਖੂਪੁਰਾ ਦੇ ਵਿੱਚ ਪਹੁੰਚੇ ਹਾਂ। ਸਾਡੀ ਅੱਜ ਇੱਥੇ ਮੁਲਾਕਾਤ ਹੈ ਬਾਬਾ ਜੀ ਸਨਾਉਲਾ ਅਤੇ ਬਾਬਾ ਜੀ ਅਹਿਮਦੀਨ ਦੇ ਨਾਲ, ਅਤੇ ਇਹਨਾਂ ਕੋਲੋਂ 47 ਦੀ ਕਹਾਣੀ ਪੁੱਛਾਂਗੇ ਕਿ ਇੱਥੇ ਕਿਹੜੇ ਕਿਹੜੇ ਲੋਕ ਆਬਾਦ ਸੀ, 47 ਵੇਲੇ ਉਹ ਕਿਸ ਤਰ੍ਹਾਂ ਇੱਥੋਂ ਗਏ, ਅਤੇ ਦੂਸਰੀ ਗੱਲ ਬਜ਼ੁਰਗ ਸਨਾਉਲਾ ਜਿਹੜੇ ਨੇ ਇਹਨਾਂ ਦਾ ਜ਼ਿੰਦਗੀ ਦਾ 100 ਸਾਲਾ ਜ਼ਿੰਦਗੀ ਦਾ ਰਿਕਾਰਡ ਹੈ ਕਿ ਇਹਨਾਂ ਨੇ ਜਿਹਦੀ ਵੀ ਅੱਜ ਤੱਕ ਬਾਂਹ ਫੜੀ ਉਹ ਇਹਨਾਂ ਕੋਲ ਬਾਂਹ ਨਹੀਂ ਛੁਡਵਾ ਸਕਿਆ। ਇੰਨੀ ਹਿੰਮਤ, ਇੰਨਾ ਜ਼ੋਰ ਬਜ਼ੁਰਗਾਂ ਦੇ ਵਿੱਚ ਅੱਜ ਵੀ ਮੌਜੂਦ ਹੈ, ਅਤੇ ਆਓ ਮਿਲਦੇ ਇਹਨਾਂ ਦੇ ਕੋਲੋਂ ਅਤੇ ਪੁੱਛਦੇ ਹਾਂ ਸਾਰੀਆਂ ਗੱਲਾਂ। ਸਲਾਮੁਅਲੈਕਮ ਬਾਬਾ ਜੀ। ਵਾਲੇਕੁਮ ਸਲਾਮ ਜੀ, ਕੀ ਹਾਲ ਚਾਲ? ਠੀਕ ਠਾਕ ਆ। ਕੀ ਨਾਮ ਹੈ ਆਪਣਾ? ਅਹਿਮਦੀਨ। ਅਹਿਮਦੀਨ, ਤੁਹਾਡਾ ਕੀ ਨਾਮ ਹੈ? ਸਨਾਉਲਾ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ? ਅਲਾਦੀਨ। ਤੇ ਦਾਦਾ ਜੀ ਦਾ? ਸਹੀ ਹੋ ਗਿਆ। ਬਜ਼ੁਰਗੋ,
ख्याल बगे काले बुजुर्गो पिंड लोहार थरकान काम करना लगना ब्राह्मण एक खानदान दूजे अपना अपना खानदान वादा कले रहे बरात नवल टुट गए अठ अठ मरबे दो जने मेन पता अठ अठ मरबे पूरे गड्डा सिंह एक लाभू बस्ती का नां सी पिंड लंबड़दार किन्ने सन दो की नां सी उन्हां दे एक दे नां सी गड्डा सिंह हां जी हां ओ दो मेरे ख्याल गड्डा सिंह सी उस पासे सी लंबड़दार अपना पहला शाला पहला त्रोकू लंबरदार होया से त्रोका से त्रोका त्रोका लो लंबरदार हां रूप सिंह का पुत्र हां पहला शाला लंबरदार सी पूरा थी पुत्र कोई सी हां ते वो बेटा वो मरवे था वो होया अच्छा 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 उन्होंने हाथ से ना बनता सही हो गया जैलदार भी हैगा सी अपने इलाके दे विच कोई जैलदार जैलदार सी अपना साडा शेखपुर खतरी बामन सारे रल मिल के विसाखी मनांदे की कुछ हुंदा सी उदों की कुछ हुंदा सी विसाखी ते मेला लांदे उथे मना लोहाईयां अपना जलेबियां निकल छुपड़ अपना कोई आलू बना के बाजार बना के ना उन्होंने अपना चुबे कट के राशन बना के दुकाना बनाते थे खाते थे
बाबा सेवादास हुंदा सी ओहदा खूह है बावे आला ओथे ओह आण के ना डुमण चले ते ढोल के अपना सबद कीर्तन फिर कर दे सिख ਇਹਨਾਂ ਦੇ ਗੁਰਦੁਆਰੇ ਕਿੰਨੇ ਸੀ ਪਿੰਡ ਦੇ ਵਿੱਚ ਗੁਰਦੁਆਰੇ ਦੋ ਕਿੱਥੇ ਕਿੱਥੇ ਇੱਕ ਤੇ ਆ ਗੁਰਦੁਆਰਾ ਇੱਥੇ ਤੇ ਉਹ ਪਹਾੜ ਪਾਸੇ ਅੱਛਾ ਇੱਕ ਚੜ੍ਹਦੇ ਪਾਸੇ ਇੱਕ ਪਹਾੜ ਪਾਸੇ ਪਹਾੜ ਪਾਸੇ ਦੋ ਗੁਰਦੁਆਰੇ ਹੁਣ ਹੈਗੇ ਨੇ ਕਿ ਖਤਮ ਹੋ ਗਏ ਨੇ ਹਾਂ ਖਤਮ ਹੋ ਗਏ ਹੁਣ ਹੈਗਾ ਨਹੀਂ ਖਤਮ ਤਾਂ ਨਹੀਂ ਹੋ ਗਏ ਹੈ ਨਹੀਂ ਉੱਥੇ ਮਾਦਰ ਬੜੇ ਵੇ ਨੇ ਮਾਦਰ ਅੱਛਾ ਉਹਨਾਂ ਦੇ ਮਾਦਰ ਬੜੇ ਵੇ ਨੇ ਇਹਨਾਂ ਲੋਕਾਂ ਦੇ ਘਰ ਕੱਚੇ ਹੁੰਦੇ ਸੀ ਕਿ ਪੱਕੇ ਹੁੰਦੇ ਸੀ ਪੱਕੇ ਪੱਕੇ ਗੁਰਦੁਆਰੇ ਹਨ ਨਹੀਂ ਨਹੀਂ ਘਰ ਜਿਹੜੇ ਸੀ ਘਰ ਸਿੱਖਾਂ ਦੇ ਹਾਂ ਸਿੱਖਾਂ ਦੇ ਘਰ ਗੰਡਾ ਸਿੰਘ ਦਾ ਪੱਕਾ ਸੀ ਕਰਮ ਸਿੰਘ ਸ਼ਾਹ ਸੀ ਉਹਦੇ ਪੱਕੇ ਸਨ ਗਿਆਨ ਸਿੰਘ ਜਿਹੜਾ ਰੂਪ ਸਿੰਘ ਸੀ ਉਹਦੇ ਪੱਕੇ ਸਨ ਜਿਹੜਾ ਗਿਆਨ ਸੀ ਉਹ ਨਾ ਕੋਟੇ ਛੱਤ ਦੇ ਬਾਬਾ ਚੋਖਾ ਥਾਂ ਬਲਿਆ ਸੀ ਅਜੇ ਪੂਰੇ ਮੁਕੰਮਲ ਨਹੀਂ ਸਨ ਹੋਏ ਅੱਛਾ ਇੱਕ ਸ਼ੀਆ ਸਿੰਘ ਸੀ ਉਹ ਬੈਠ ਕੇ ਛੱਤ ਗਏ ਨਾ ਨਵੀਂ ਅੱਛਾ ਤੇ ਉਹ ਨਾ ਕਾਬਲੇ ਕੁਬਲੇ ਨਾ ਲਾਂਦਾ ਸੀ ਉਹਨੂੰ ਹੱਲਾ ਗੁੱਲਾ ਹੁੰਦਾ ਸੀ ਪਿਆ ਤੇਜੂ ਸੀ ਜੱਟ ਉਹ ਵੀ ਪੱਕੇ ਮਕਾਨ ਛੱਟ ਕੇ ਨਾ ਵਿੱਚ ਨਹੀਂ ਵੜਿਆ ਉਹ ਨਾਲੇ ਆਉਂਦਾ ਸੀ ਉਹ ਕੋਈ ਉਹ ਨਾ ਬੂਹੇ ਚਲੋ ਲਵਾਉਂਦਾ ਸੀ ਨਾ ਸਾਡੀ ਸੇਬ ਸੀ ਨਾ ਜੀ ਗੁੱਟੇ ਵੱਡੀ ਮਿੱਟੀ ਸਵਾਲੇ ਸਾਂ ਉਹ ਆਉਂਦਾ ਸੀ ਕੋਈ ਆਵੇਗਾ ਤੇ ਬੂਹੇ ਵੀ ਆਖੇ ਤਾਂ ਨੌਕਰੀ ਲਵਾ ਕੇ ਗਿਆ ਵਿੱਚ ਨਹੀਂ ਵੜੇ ਉਹ ਬੂਹੇ ਲਵਾ ਕੇ ਗਿਆ ਬੂਹੇ ਲਵਾ ਕੇ ਛੋੜ ਉਹ ਆਪ ਆਉਂਦਾ ਸੀ ਉਹ ਕੋਈ ਆਵੇਦਾ ਤੇ ਆਖੇ ਬੂਹੇ ਕੋਈ ਲਾ ਕੇ ਗਿਆ ਤੇ ਉਹਦਾ ਬੈਠਕ ਨੇ ਸ਼ੀਆ ਸਿੰਘ ਉਹ ਵੀ ਬੈਠਕ ਬਣਵਾਉਂਦਾ ਸੀ ਵਿੱਚ ਨਹੀਂ ਵੜ ਕੇ ਬੈਠਾ ਤੇ ਹਿੰਦੂਆਂ ਦੇ ਕੀ ਨਾਂ ਸੀ ਖੱਤਰੀਆਂ ਦੇ ਖੱਤਰੀਆਂ ਦੇ ਨਾਂ ਸੀ ਮਾਇਆ ਧਾਰੀ ਜੈ ਰਾਮ ਕ੍ਰਿਸ਼ਨ ਇਹ ਦੁਕਾਨਾਂ ਕਰਦੇ ਸਨ ਦੁਕਾਨਾਂ ਕਰਦੇ ਸਨ ਦੁਕਾਨਾਂ ਵੀ ਕਰਦੇ ਸਨ ਨਾਲੇ ਪਿੰਡ ਚ ਨਾ ਤਰਸਬ ਦੇ ਸਾਰਾ ਅੱਛਾ ਉਹ ਤੜਵਾਈ ਪਿੰਡ ਸਾਡੇ ਮਾਇਆ ਤਾਰੀ ਦੇਸ਼ ਬਾਹਮਣ ਹੁੰਦਾ ਸੀ ਉਹ ਤੜਵਾਈ ਹੁੰਦੇ ਸਨ ਅੱਛਾ ਉਹ ਪਿੰਡ ਨਾ ਤਰਸਬ ਦਾ ਹੁੰਦਾ ਸੀ ਤੇ ਉਹਨਾਂ ਨੂੰ ਪਿੰਡ ਸਾਰੇ ਦਾਣੇ ਉਹ ਮਿਲਦੇ ਰਹਿੰਦੇ ਹੁਣ ਤੇ ਨਾ ਟਰਾਲੀਆਂ ਉਦੋਂ ਘੁਮਿਆਰ ਜ਼ਿਆਦਾ ਮੁੱਲ ਲੈ ਕੇ ਤੇ ਉਹਨਾਂ ਕੋਲ ਨਾ ਤੇ ਤੜਵਾਈ ਮਿਲਦੇ ਸਨ ਸੱਟਾਂ 'ਚ ਪਾ ਕੇ ਸ਼ਹਿਰ ਵੇਚ ਆਉਂਦੇ ਸਨ ਤੇ ਰਕਮਾਂ ਨੂੰ ਨਾ ਤੇ ਉਹ 2 ਰੁਪਏ ਸੈਂਕੜਾ ਸਾਥੋਂ ਲੈਂਦੇ ਸਨ ਸਹੀ ਹੋ ਗਿਆ ਬਜ਼ੁਰਗੋ ਸਿੱਖਾਂ ਦੇ ਵਿਆਹ ਵੇਖੇ ਤੁਸੀਂ ਵਿਆਹ ਵੀ ਵੇਖੇ ਨੇ ਕੀ ਕੁਛ ਹੁੰਦਾ ਸੀ ਵਿਆਹਾਂ 'ਚ ਉਹ ਨਾ ਹਲਵਾ ਪਕਾਉਂਦੇ ਸਨ ਤੇ ਗੋਸ਼ਤ ਨਹੀਂ ਸਨ ਕਰਦੇ ਅੱਛਾ ਤੇ ਉਹ ਨਾੜ ਪਕਾਉਂਦੇ ਸਨ ਜਿਹੜੀ ਜਾਂ ਤੇ ਸਬਜ਼ੀ ਆਪਣਾ ਮੋਟੇ ਛੋਲੇ ਇਹ ਪਕਾਉਣੇ ਨੇ ਅੱਛਾ ਸਬਜ਼ੀ ਹੋਵੇ ਜਿਹੜੀ ਫਿਰ ਗੋਭੀ ਸ਼ੋਭੀ ਜੀ ਜਿਵੇਂ ਬਾਹਰ ਹੋਵੇ ਆਲੂ ਪਕਾਉਣੇ ਤੇ ਜਾਂ ਫਿਰ ਨਾ ਇਹ ਆਪਣਾ ਉਹ ਨਾ ਗੋਸ਼ਤ ਨਹੀਂ ਸਨ ਕਰਦੇ ਤੇ ਹੁਣ ਸਿੱਖ ਜਿਹੜੇ ਸਨ ਨਾ ਇਹ ਲੱਗਣ ਕਰਨਾ ਆਪਣਾ ਉਹ ਜਿਹੜਾ ਆਪਣਾ ਭਾਰੂ ਵੱਢ ਕੇ ਕਰਨ ਫਿਰ ਉਹ ਵੀ ਨਹੀਂ ਸਨ ਕਰਦੇ ਗਿਆਨ ਸਿੰਘ ਧੀ ਦਾ ਵਿਆਹ ਵੱਡਾ ਪਤਾ ਕੀਤਾ ਸੀ ਜਿਹੜਾ ਕੁੜਮ ਸੀ ਨਾ ਅੱਜਕੱਲ ਪਿੰਡ ਧਰਾਈਆਂ ਅੱਛਾ ਉਥੋਂ ਜਾ ਨਾਈ ਸੀ ਰਾਖੀ ਵੇਖੀ ਸੀ ਉਹ ਕੁੜਮਣ ਘੋੜੀ ਦਿੱਤੀ ਸੀ ਨਾਲ ਮਰਾ ਸੀ ਪਿੰਡ ਦਾ ਜਿਹੜੇ ਘੋੜੀ ਫੜ ਕੇ ਖੜਾ ਸੀ ਕਾਠੀ ਪਾ ਕੇ ਕੁੜਮਣ ਨਾਲ ਘੋੜੀ ਦਿੱਤੀ ਤੇ 21 ਮੱਝਾਂ ਦਿੱਤੀਆਂ ਉਹ ਗਿਆਨ ਸਿੰਘ ਨੇ 21 ਮੱਝਾਂ ਦਿੱਤੀਆਂ ਉਹ ਬੜਾ ਸਰਦਾਰ ਤੇ ਵੱਡਾ ਗਏ ਲਾਂਦੇ ਸਵਾਲੇ ਦੀ ਪੱਤੀ ਜਾਣਾ ਅੱਛਾ ਬਜ਼ਾਰ ਮੁੱਲਾ ਸਿੰਘ ਦੇ ਸਭ ਯਾਰ ਬੜੇ ਵੇਖਣੇ ਕਿਹਨੂੰ ਕਿਹਨੂੰ ਦੱਸੀਏ ਤੇ ਜਦੋਂ ਦੇ ਧੀ ਦਾ ਵਿਆਹ ਹੋਇਆ ਸੀ ਬਰਾਤ ਕਿੰਨੀ ਕੁ ਆਈ ਸੀ ਬਰਾਤ ਬੜੀ ਆਈ ਸੀ 100 ਬੜੀ ਬਰਾਤ ਆਈ ਸੀ 100 ਘੋੜੀ ਬੜੀ ਬਰਾਤ ਆਈ ਸੀ ਤੇ ਕੀ ਦਿੱਤਾ ਸੀ ਖਾਨ ਨੂੰ ਖਾਨ ਨੂੰ ਉਸ ਵੇਲੇ ਕੀ ਦਿੱਤਾ ਸੀ ਇਹਨਾਂ ਨੇ ਉਹ ਬਣਾਉਂਦੇ ਸਨ ਇਹਦੇ ਜਿਹੜਾ ਕਾਗਜ਼ਾਂ ਦੇ ਡੂੰਡੇ ਜਿਹੇ ਸਨ ਕਾਗਜ਼ਾਂ ਦੇ ਬਣੇ ਹੋਏ ਉਹਨਾਂ ਦੀ ਮਠਿਆਈ ਦੇ ਲੱਡੂ 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 ਸਾਡੇ ਜਿਹੜੇ ਲੱਡੂ ਪਸੀ ਬਣਾਉਂਦੇ ਸੀ ਨਾ ਆਟੇ ਦੇ ਨਹੀਂ ਸਨ ਬਣਾਉਂਦੇ ਅੱਛਾ ਉਹ ਮਠਿਆਈ ਮਠਿਆਈ ਲੱਡੂ ਪੇੜੇ ਪਾ ਕੇ ਨਾ ਡੂੰਡਿਆਂ 'ਚ ਪਾ ਕੇ ਉਹ ਦਿੰਦੇ ਸਨ ਤੇ ਕਿੰਨੇ ਦਿਨ ਬਰਾਤ ਰਹੀ ਸੀ ਇੱਥੇ
खेलदे होने काम करदे होने उन्हां दे नां दसो। जगीरू सी जगीरू सरदारी का पुत्र बाहर जंगलों लभने ना पाती तो उतरों तक रहनी ही ना बाहर दब गए ना पाती आले इथे बाहर दब के मुंडिया अपना बाहर दब के सारे कढ़नी मुसलमान दी आपस च दुश्मनी ते नहीं सी है? नहीं, अपने मतलब कोई दुश्मनी नहीं सी। आपे जो दुश्मनी पई सी एक दूजा सारा पिंड एक पासे सी। वो भाई तोते जड़े से ना दुआबिए। अच्छा। पांच भरा एक नाल होर उन्हां दे सी। एक पासे सन तो एक मेला लगता सी जी दा हिंदू बनांदे सन। अच्छा। उत्थे ना वो एक पासे सन उत्थे धड़ा बड़े ते उन्हां नूं पंजां नूं छियां नूं मारिया बड़ा सी ना सिखा सिखाने वाह ये सारा पिंड टूट एक धड़ा सी तो सारे बखरे खना है सर थोड़े कले कले पांच छह भरा है वो भी सिख सन। सिख के ते एक कर नोकू त्रोकूरी दो भरा सन ओना पांच छह बंदे सन सिर्फ बखरे एक तड़ा। अच्छा। इन्हां नूं उत्थे मेला लगदा बड़ा मारिया अपना ओना नूं बेचारिया नूं ते उस जड़ा ने साधु ओना जो बड़ा जवान सी। अच्छा। उस अठा डंगा नूं टुकण जाणा सी कछे कन ते ओनूं बड़ा मारिया सन अस्सी डांगा और गिरते सड़ा डाक्टर गिरी ने फिर अस्सी डांगा लगी जाने। अच्छा। ते वो फिर ना ढुक के आ गया सी जो फिर दूजा लगा ना मेला दूजा साल होया वो निहंग बन गए निहंगा ना तुम्हें पता वेखे थे निहंग उन्हें खट्टे कपड़े पाए बरछे आजाद और सिखा दे आजाद फौज होंगी सी निहंगा दे सन जो सुने निहंग लड़ने निहंग बन गए दो त्रा बच्चों बरछिया ने पाइया कृपान पिछे ढाला बदिया वो गुरां दी लड़ाकी फौज है ना। अच्छा। ये शक्ल से उन्होंने गानू उन्होंने सन तो फिर उन्होंने बरछियां लाइया तो जो इस पासे मंगल सिंह जट से इतने। अच्छा। ये भी कछे कने व्याया तो साधु से वह भी कछे कने व्याया से फिर दूजे साल ना बरछियां लाइया तो गए उ मेले से ये भी गए वो फिर ना जो मंगल का साला तो इको सन बरादरी उस उन्होंने सलाह उस छो जान दो मेरे हिसाब से उन्होंने बरछिया छड़ते लाए बजे उस कर लेने फिर नहीं लड़ाई हुई। अच्छा, सुलह हो गई। सुलह हो गई ना जो लड़े तरला मारिया ना लड़ो। अच्छा। नहीं तो उन्हें बरछिया लाइया सारे पास खलो गए आले दुआले पिंड बदमाश भी होया है आले दुआले पिंड बदमाश बदमाश मैं तो अपना बहादुर मिर्जे वाला मिर्जे का बहादुर दरबारा सिंह का बहादुर वो बदमाश सन चोरी राजा करांदे सन ते तुसी वेख्या सी ओ हां आ वेख्या कैवें दा सी बाबा जवान से चंगे दोवे भरा वेखे ने मिर्जा साडे मोढ़ जी सी। अच्छा। इत्थे ना जिद्दे गए ने साडा पिंड उद्दे पूरा ना सी बहादुर सी पूरा ते टोट सारा पिंड ना पैदल सीधा ही टुर गया सारा पिंड ते दो बंदे रह गए एक सरदार गंडा सिंह से अठा मरबिया का मालक। अच्छा। ते एक आसू से वो दो रह गए दूजे सारे टोट ना पैदल बस अज लंघ जाने रावी पार हो जाने ते वो फिर रात नू आ गए जब रात नू आ गए तो फिर रहे ने पूरे पंद्रह डंग।
ਇੱਥੇ 15 ਪਿੰਡ ਰਹੇ ਨੇ ਪਿੰਡ ਵਿੱਚ। ਫਿਰ ਇੱਧਰੋਂ ਨਾ ਮਿਲਟਰੀ ਪਈ ਅਤੇ ਦੋ ਭਰਾ ਇੱਕ ਪਿਓ ਪੁੱਤਰ ਸਿੱਖ ਸਨ ਸਾਡੇ ਪਿੰਡ ਦੀ ਹੱਦ 'ਤੇ। ਅੱਛਾ। ਉਹਨਾਂ ਨੂੰ ਮਾਰ ਗਏ ਅਤੇ ਹੋਰ ਬੰਦੇ ਜਿਹੜੇ ਆਉਂਦੇ ਸਨ ਨਾ ਉਹਨਾਂ ਨੂੰ ਮਾਰ ਕੇ ਉਹ ਸਾਡੇ ਪਿੰਡ ਨਹੀਂ ਆਏ। ਅਤੇ ਉਦੋਂ ਨਾ ਇਹ ਅਸੀਂ ਪਿੰਡ ਵਾਲਾ ਸਲੂਕ ਕੀਤਾ ਵੀ ਜੇ ਨਾ ਤੂੰ ਹਿੰਦੂ ਸਿੱਖ ਪਏ ਤਾਂ ਅਸੀਂ ਸਿੱਖ ਆਖਿਆ ਸੀ ਅੱਗੇ ਹੋਵਾਂਗੇ ਤੁਹਾਡੇ, ਅਤੇ ਮੁਸਲਮਾਨ ਇਕੱਠ ਕੀਤਾ ਵੀ ਜੇ ਅਸੀਂ ਤੁਹਾਨੂੰ ਮੁਸਲਮਾਨ ਤਾਂ ਅਸੀਂ ਅੱਗੇ ਹੋਵਾਂਗੇ। ਅਸਾਂ ਨੇ ਮਾਰਨੇ ਪਿੰਡ ਦੀ ਬੰਦ ਸੀ, ਅਸੀਂ ਤਾਂ ਡੇਰੇ 'ਤੇ ਉਦੋਂ ਪੇਸ਼ੀ ਵੇਲਾ ਸੀ ਅਤੇ ਉਹਨਾਂ ਨੂੰ ਮਾਰ ਕੇ ਟੁਰ ਗਏ ਅਤੇ ਉਹ ਨਾ ਪਿੰਡ ਨਬਦ ਵੱਜੀ। ਅਸਾਂ ਕਿਹਾ ਖਰੇ ਪਿੰਡ ਕੀ ਹੋਇਆ, ਪਿੰਡ ਆਇਆ ਤਾਂ ਪਿੰਡ ਸਾਰਾ ਨਿਕਲ ਕੇ ਟੋਟ ਖੜਾ ਅਤੇ ਆਖ ਲੱਗੇ ਉਹ ਗੁੱਤੂ ਵਾਲਿਆਂ ਨੂੰ ਮਾਰ ਗਏ ਨੇ। ਉਹਦੇ ਮੈਂ ਟੋਟ ਸਾਰਾ ਪਿੰਡ ਆਦ ਫਾਦਰ ਨੂੰ ਪੂਰਾ ਫਿਰ ਆਜ ਨੂੰ ਨਾ ਸੱਚੇ ਸੁਖਦੇ ਨਿਕਲ ਗਿਆ ਸੀ। ਨਹੀਂ ਜਦੋਂ ਨਿਕਲਣ ਤੋਂ ਪਹਿਲੇ ਆਪਸ 'ਚ ਬਹਿ ਕੇ ਸਲਾਹ ਕੀਤੀ ਸੀ ਤੁਸੀਂ ਸਾਰਿਆਂ ਨੇ? ਆਹੋ, ਆਪਣੇ ਮੁਸਲਮਾਨਾਂ ਨਾਲ ਬਹਿ ਕੇ ਇਕੱਠ ਕੀਤਾ ਵੀ ਜੇ ਸਿੱਖ ਆਉਣਾ ਤੁਹਾਨੂੰ ਕੋਈ ਵਾਧਾ ਇਕੱਠਾ ਕਰਨ ਤਾਂ ਅਸੀਂ ਅੱਗੇ ਹੋਵਾਂਗੇ, ਕੋਈ ਨਹੀਂ ਆਖਣ ਦਿਆਂਗੇ। ਅਤੇ ਮੁਸਲਮਾਨ ਆ ਕੇ ਵੀ ਤੁਹਾਨੂੰ ਮੁਸਲਮਾਨ ਆਏ ਤਾਂ ਅਸੀਂ ਅੱਗੇ ਹੋਵਾਂਗੇ। ਹਾਂ, ਇਹ ਇਕੱਠ ਸਾਡੇ ਪਿੰਡ ਕੋਈ ਹਰਕਤ ਨਹੀਂ ਹੋਈ ਆਪਣੇ 'ਚ। ਅੱਛਾ, ਆਪਸ 'ਚ ਕੋਈ ਬਿਲਕੁਲ ਕੋਈ ਹਰਕਤ ਨਹੀਂ ਹੋਈ। ਜਦੋਂ ਲੋਕ ਗਏ ਨੇ ਇੱਥੋਂ ਆਪਣਾ ਸਮਾਨ ਡੰਗਰ ਲੈ ਕੇ ਗਏ ਨੇ, ਤਣਾ ਗਏ ਨੇ ਖਾਲੀ ਹੱਥ ਕੋਈ ਥੋੜ੍ਹਾ ਬਹੁਤਾ ਕੋਈ ਭਾਵੇਂ ਕੱਪੜਾ ਚੁੱਕਲ ਗਿਆ, ਖਾਲੀ ਹੱਥੀ ਨਿਕਲ ਗਏ ਨੇ। ਉਹ ਮਰ ਗਏ ਨਾ ਮੁੰਡੇ, ਉਹਨਾਂ ਨੂੰ ਫਿਰ ਚੁੱਕ ਕੇ ਨਾ ਅਤੇ ਉੱਥੇ ਬਾਹਰ ਸਾਲਿਆ ਆਇਆ ਅਤੇ ਉੱਥੇ ਫਿਰ ਉਹ ਸੁੱਟ ਕੇ ਕੁੱਤਿਆਂ ਖਾਧੇ ਫਿਰ ਪਿਓ ਪੁੱਤਰਾਂ ਨੂੰ। ਉਹ ਕਿਹਦੇ ਸਨ? ਉਹ ਜਿਹੜੇ ਦੋਨੇ ਜਿਹੜੇ ਮਰੇ ਸਨ ਉਹ ਤੁਹਾਡੇ ਪਿੰਡ ਦੇ ਸਨ? ਪਿੰਡ ਦੇ ਗਏ। ਕਿਹਦੇ ਬੱਚੇ ਸਨ ਉਹ? ਹੈਂ, ਉਹਨਾਂ ਦਾ ਪਿਓ ਦਾ ਕੀ ਨਾਂ ਸੀ? ਪਿਓ ਦਾ ਨਾਂ ਗੁੱਤੂ ਸੀ ਅਤੇ ਮੁੰਡੇ ਦਾ ਧਮੂ 'ਚ ਧਰਮ ਸਿੰਘ ਰੱਖਿਆ ਸਨ। ਉਦੋਂ ਪਿਓ ਪੁੱਤਰ ਸਨ, ਉਹਨਾਂ ਨੂੰ ਮਾਰ ਕੇ ਅਤੇ ਹੱਟ ਪਿੱਛੇ ਹੀ ਗਏ। ਉਹਨਾਂ ਆਖਿਆ ਇਹ ਨਾ, ਉਹਨਾਂ ਆਖਿਆ ਅੱਗੇ ਮੁਸਲਮਾਨ ਰਲ ਕੇ ਖੜੇ ਹੋਏ ਨੇ, ਸਿੱਖ ਵੀ ਖੜੇ ਹੋਏ ਨੇ। ਅੱਛਾ, ਤੁਸੀਂ ਸਿੱਖਾਂ ਦੇ ਨਾਲ ਖੜੇ ਸੀ ਉੱਥੇ? ਹਾਂ, ਸਿੱਖਾਂ ਦੇ ਨਾਲ ਖੜੇ ਸੀ ਜਾ ਕੇ ਉਹਨਾਂ ਨੂੰ ਬਚਾਉਣ ਵਾਸਤੇ? ਨਹੀਂ, ਉਹ ਤਾਂ ਪਿੱਛੇ ਹੀ ਪਰਤ ਗਏ ਗਏ। ਉਹ ਤਾਂ ਉੱਥੇ ਉਹ ਪਿੰਡ ਨਹੀਂ ਫਿਰ ਆਏ ਅਤੇ ਫਿਰ ਸਾਡਾ ਪਿੰਡ ਨਾ ਉਹਨਾਂ ਨੂੰ ਚੁੱਕ ਕੇ ਲਿਆਏ ਅਤੇ ਉੱਥੇ ਰੱਖ ਕੇ ਨਾ ਉੱਥੇ ਸੁੱਟ ਗਏ ਨਾ ਕੁੱਤਿਆਂ ਖਾਧਾ ਦਾ ਆਪ ਟੋਟ ਸਾਡਾ ਪਿੰਡ ਸੱਚੇ ਸਭ ਦਿਨ ਤੁਰ ਗਿਆ। ਉੱਥੇ ਤਾੜਾ ਨਿਕਲ ਗਿਆ ਮਾਲ ਅਤੇ ਉਹਨਾਂ ਦੇ ਫਿਰ ਸ਼ਾਮ ਨੂੰ ਨਾ ਲਟੇਰੇ ਨਾਲ ਬੜੇ ਆ ਗਏ, ਮਿਲਟਰੀ ਆ ਗਈ ਅਤੇ ਉਹਦਾ ਮਿਲਟਰੀ ਵਾਲਾ ਆਪ ਜਿਹੜਾ ਕਪਤਾਨ ਸੀ ਨਾ ਉਹ ਅੱਗਾਂ ਲਵਾਈਆਂ ਸਾਡੇ ਪਿੰਡ ਨੂੰ ਪਿੰਡ ਦੇ ਵਿੱਚ। ਹਾਂ, ਅੱਗਾਂ ਲਵਾਈਆਂ ਅਤੇ ਨਾਲ ਉਹਨਾਂ ਲਟੇਰੇ ਆਏ ਉਹ ਸਿੱਖਾਂ ਦੇ ਨਾ ਗੱਡੇ ਖੁਰਲੀਆਂ ਮਾਲ ਡੇਢ ਚਾਰ ਦਿਨ ਵਹਿਲੀਆਂ ਵਹਿਲੀਆਂ ਹੋ ਗਈਆਂ ਲੋਕਾਂ ਦੀਆਂ, ਲੈ ਗਏ ਲੋਕ ਲਾਮ ਦੇ। ਅੱਛਾ, ਤੁਸੀਂ ਇਹੀ ਸੋਚਦੇ ਸੀ ਉਹਨਾਂ ਨੇ ਆ ਜਾਣਾ ਦੁਬਾਰਾ? ਤੁਹਾਨੂੰ ਮੈਂ ਦੱਸਦਾ, ਮੈਂ ਗਿਆਨ ਸੱਤਿਆ ਵੇਲੇ ਸਾਡੀ ਇੱਕ ਗਿਆਨ ਜਿਹੜਾ ਸਿੱਖ ਸੀ ਨਾ ਉਸ ਪਾਸੇ ਦਾ, ਹਾਂਜੀ, ਉਸ ਕੀਤਾ ਸੀ ਕਤਲ। ਅੱਛਾ। ਹਾਂ, ਉਹ ਬਚ ਗਏ 3 ਸਾਲ ਬੂਟਿਆਂ ਨੇ ਕੀਤਾ ਸੀ, ਉਹਨੇ ਉਹ ਛੱਡ ਪਾਵਾਂ ਕਰ ਹੋਰਨਾ ਹੋ ਜੂ ਗਿਆ ਉਹਦਾ ਵਿੱਚ ਬਚ ਜੂ ਗਿਆ ਉਹ ਤਾਂ ਫਿਰ ਉਹ ਵਿੱਚੇ ਹੀ ਹੋਇਆ। ਕਿੱਥੋਂ ਆਇਆ ਸੀ ਉਹਦੇ ਕੋਲ? ਹਾਂ, ਉਹ ਮੈਂ ਤੈਨੂੰ ਗੱਲ ਦੱਸਦਾ ਸੱਤਿਆਵਾਨ ਦੀ। ਉਹ ਨਾ ਸਾਡਾ ਪਿਓ ਉਹਦਾ ਉਹਨੂੰ ਕਿਸੇ ਖਤਰੇ ਨਾਲ ਰਲ ਕੇ ਨਾ ਕਿਤੇ ਪੁੱਤਰ ਮਿਲ ਕੇ ਅਤੇ ਖਤਰੀ ਨੂੰ ਬਾਹਰ ਕਢਾ ਲਿਆ, ਕਹਿੰਦੇ ਨੇ ਜੇਲ੍ਹਾਂ 'ਚ ਕੁਛ ਤੁਹਾਨੂੰ ਪਤਾ ਨਾ ਕਾਨੂੰਨ ਉਹ ਬਾਹਰ ਕਢਾ ਲਿਆ ਵਾ ਨਾ, ਅਤੇ ਉਹ ਬਾਹਰ ਫਿਰ ਆਪਣੀ ਰੋਟੀ ਖਾਂਦਾ ਸੀ ਅਤੇ ਖਤਰੀ ਕੋਈ ਪੈਸੇ ਦਿੰਦੇ ਸਨ ਅਤੇ ਦਿੰਦੇ ਸਨ ਇਹ ਉਹ ਕਾਨੂੰਨ ਸੀ ਅਤੇ ਉਹ ਕਾਨੂੰਨ ਦੇ ਨਾਲ ਉਹਨੂੰ ਬਾਹਰ ਕਢਾ ਲਿਆ ਨਾ ਮਿਲ ਕੇ। ਅੱਛਾ। ਉਹ ਫਿਰ ਨਾ ਛੁੱਟੀ ਲੈ ਕੇ ਖਤਰੀ ਤੋਂ ਇੱਥੇ ਆਇਆ। ਅੱਛਾ। ਅਤੇ ਉਹ ਇੱਥੇ ਆ ਕੇ ਅਤੇ ਸਾਡੇ ਪਿਓ ਨੂੰ ਆਖ ਲੱਗਾ ਵੀ ਮੈਂ ਉੱਥੇ ਐਡੀ ਦੂਰੋਂ ਮੱਝ ਨਹੀਂ ਜਾਂਦੀ ਅਤੇ ਮੈਨੂੰ ਪੈਸੇ ਦੇ। ਅੱਛਾ। ਮੇਰੇ ਪਿਓ ਨੂੰ 200 ਰੁਪਈਆ ਦਿੱਤਾ। ਵਾਹ। ਉਹ ਜਾ ਕੇ ਉੱਥੇ ਮੱਝ ਲੈ ਲਈ। ਉਹ ਫਿਰ ਜਦੋਂ ਨਾ ਸਿੱਖ ਆਇਆ ਹੀ ਅਤੇ ਹਲੇ ਗੁਲੇ ਹੋ ਗਏ, ਉਹ ਤੁਰ ਗਿਆ। ਉਹ ਫਿਰ ਨਾ ਰਾਤ ਨਾ ਕੰਪ 'ਚ ਆਇਆ, ਕੰਪ 'ਚ ਉੱਥੋਂ ਆਇਆ ਰਾਤ ਵਾਪਸ ਪਿੰਡ। ਹਾਂ, ਆਪਣੇ ਪਿੰਡ ਆਇਆ ਕਟੋਲਾ ਚੁੱਕ ਕੇ ਸਾਡੇ ਮੱਥੇ ਨਹੀਂ ਲੱਗੇ। ਉਹ ਬੋਤਲ ਆਪਣੇ ਨਾ ਸਾਜਾਂ ਸੁਜਾਂ ਨੂੰ ਸੱਦਿਆ, ਕੋਈ ਮੇਰਾ ਮਾਲ ਡੰਗਰ ਕੋਈ ਕਿਸੇ ਕੋਲ, ਉਹ ਨਾ ਆਖਿਆ ਇੱਕ ਮੱਝ ਆਏ ਕਿਸੇ ਕੋਲ, ਦੂਜੇ ਸਾਰੇ ਲੋਕ ਲੈ ਗਏ ਨੇ। ਅੱਛਾ। ਜਿੰਨਾ ਮੱਝ ਸੀ ਨਾ ਜਿਹਨਾਂ ਦੇ ਕੋਲ, ਉਹਨਾਂ ਨੂੰ ਸੱਦਿਆ ਗਿਆਨ ਸਿੰਘ। ਅੱਛਾ। ਆਖਣ ਲੱਗਾ ਬਈ ਮੱਝ ਜਿਹੜੀ ਹੈ ਨਾ ਮੇਰੀ, ਇਹ ਨਾ ਸੇਠ ਨੂੰ ਦੇਣੀ ਹੈ, ਮੈਂ 200 ਰੁਪਈਆ ਲਿਆ ਉਹਦੇ ਕੋਲੋਂ ਅਤੇ ਮੱਝ ਨਾ ਉਹਨੂੰ ਦੇਣੀ ਜੇ। ਅੱਛਾ। ਅੱਛਾ, ਅਜੇ ਸੂਰਜ ਉੱਗਦਾ ਨਹੀਂ ਪਿਆ ਅਤੇ ਉਹ ਤੇਰੀ ਸਰਦਾਰਾਂ ਦੇ ਗੁਲਾਮ ਨਾ, ਸਰਦਾਰ ਅੱਗੋਂ ਮੱਝ ਫੱਦੀ ਗਈ ਅਤੇ ਗੁਲਾਮ ਪਿੱਛੋਂ ਹੀ ਆਵੇ ਅਤੇ ਇੱਥੇ ਤਾਂ ਸਵੈਲੀ ਨਾ ਸਾਡੀ, ਉਹ ਆ ਗਏ ਆਉਂਦੇ ਲੋਕ ਮੱਝ ਲੈ ਲਓ। ਮੈਂ ਕਿਹਾ ਸਾਡਾ ਕੀ ਕਰਨਾ? ਉਹ ਆਉਂਦੇ ਰਾਤੀ ਗਿਆਨ ਸਿੰਘ ਆਇਆ ਸੀ, ਉਸ ਆਖਿਆ ਮੈਂ 200 ਰੁਪਈਆ ਨੂੰ ਲਿਆਇਆ
ਤੇ ਮੇਰੀ ਮੱਝ ਉਹਨਾਂ ਨੂੰ ਦੇਣੀ ਜੇ ਉਹ ਸਾਨੂੰ ਮੱਝ ਦੇ ਗਏ ਕਮੀ ਜ਼ਮੀਨ ਸਾਂ ਸਾਡੇ ਪਿੰਡ ਨਾ ਇੱਕ ਲੋਹਾਰ ਸਨ ਮਿਸਤਰੀ ਉਹਨਾਂ ਦਾ ਮੁਰੱਬਾ ਜ਼ਮੀਨ ਸੀ ਉਹ ਵੀ ਸਿੱਖਾਂ ਚੋਂ ਨਾ ਮੁਸਲਮਾਨ ਹੋ ਗਿਆ ਤੇ ਉਹ ਸਾਰੀ ਜ਼ਮੀਨ ਨਾ ਹੁਣ ਜਿੱਥੇ ਸਾਡਾ ਡੇਰਾ ਹੈ ਨਾ ਉਹ ਨਾ ਕੱਲਾ ਹੀ ਰਹਿ ਗਿਆ ਤਾਣਾ ਤੇ ਮੁਸਲਮਾਨ ਹੋ ਗਿਆ ਪਹਿਲਾਂ ਬਾਹਮਣਾ ਦਾ ਉਦੋਂ ਅਦੜੇ ਜ਼ੋਰ ਹੁੰਦਾ ਸੀ ਬਾਹਮਣਾ ਜੋ ਬਾਹਮਣਾ ਆਖਣਾ ਉਹ ਕਰੋ ਕੇ ਕਰਦੇ ਸਨ ਹਲ ਜੋੜੇ ਤੇ ਪੁੱਛਣਾ ਪੰਡਿਤ ਜੀ ਕੀ ਕਰੀ ਉਹਨੇ ਅੱਜ ਨਹੀਂ ਜੋੜਾ ਜ਼ਮੀਨ ਸੁੱਤੀ ਬਾਹਮਣਾ ਖੀਰ ਖੁਆਣੀ ਤੇ ਫਿਰ ਆਖਣਾ ਮੈਨੂੰ ਦੰਦ ਕਸਾਈ ਵੀ ਦਿਓ ਸਾਨੂੰ ਪੈਸੇ ਖੂਹ ਵੀ ਤੁਹਾਨੂੰ ਦੱਸਣਾ ਗਿਣੋ ਖਬਰਾ ਖੂਹ ਗਿਣਨੇ ਨੇ ਨਾ ਫਿਰ ਸੁਣਾ ਮੈਨੂੰ ਯਾਦ ਨਾ ਰਿਹਾ ਤੇ ਦੱਸੀ ਇੱਕ ਦੇ ਬਿਨਾ ਬਾਵੇ ਦਾ ਖੂਹ ਗਿਣੋ ਬਾਬਾ ਸੇਵਾ ਦਾਸ ਦਾ ਖੂਹ ਹੋਵੇ ਬਾਵੇ ਵਾਲਾ ਹੈਂ ਦੇਖੋ ਇੱਕ ਅੱਲਾ ਦਾ ਖੂਹ ਅੱਛਾ ਦੋ ਗੋਏ ਤੇ ਇੱਕ ਗਿਲ ਆਪਣਾ ਬਿਧੀ ਵਾਲਾ ਦੋ ਗੋਏ ਇੱਕ ਕਰਮ ਸੇ ਸ਼ਾਹ ਦਾ ਉਸ ਨਾ ਇਹਦੇ ਹਲਟੀਆਂ ਹੀ ਪਾਈ ਸੀ ਵਾਹਿਆ ਕੋਈ ਨਹੀਂ ਸੀ ਤੇ ਇੱਕ ਹੋ ਗਿਆ ਬਾਠਾ ਵਾਲਾ ਹੈਂ ਇੱਕ ਹੋ ਗਿਆ ਲਿਖੋ ਵੀ ਜਾਓ ਨਾ ਇੱਕ ਹੋ ਗਿਆ ਕੋਟ ਵਾਲਾ ਇੱਕ ਹੋ ਗਿਆ ਮੁਰਲਾ ਖੂਹ ਉਹ ਜਿਹੜਾ ਹੈ ਇੱਕ ਗੁਰੂ ਦਿੱਤੇ ਵਾਲਾ ਇੱਕ ਰਾਜੇ ਵਾਲੇ ਵਾਲਾ ਰਾਜੇ ਵਾਲੇ ਵਾਲਾ ਤੇ ਇੱਕ ਗਏ ਤੋਤਿਆਂ ਦਾ ਖੂਹ ਤੇਜੂ ਇੱਕ ਤੋਦੂ ਤੇਜੂ ਕਾ ਇੱਕ ਸਦਾਗਰੀ ਕਾ ਦੋ ਖੂਹ ਉਹ ਸਨ ਅੱਗੇ ਰੂਪ ਸਿੰਘ ਦਾ ਖੂਹ ਆ ਗਿਆ ਔਰ ਉੱਥੇ ਬੁਠਰਾ ਵਾਲੇ ਅੱਗੇ ਫਿਰ ਰੋਹੀ ਵਾਲੇ ਜਿਹੜੇ ਅੱਗੇ ਰੋਹੀ ਵਾਲਾ ਇੱਕ ਇੱਕ ਦੁਆਬੀ ਵਾਲਾ ਖੂਹ ਪਿੰਡ ਦੇ ਵਿੱਚ ਹੁਣ ਭਰਿਆ ਗਿਆ ਸਾਡੀ ਨਾ ਤੁਹਾਨੂੰ ਦੱਸਣਾ ਜਦੋਂ ਸਿੱਖ ਗਏ ਨੇ ਨਾ ਅਸੀਂ ਉਦੋਂ ਸਿੱਖ ਦੇ ਨਾਲ ਨਾ ਦੋ ਵਾਲੇ ਉਹਦੇ ਤੇ ਹੜਾ ਪਾਇਆ ਬਾਈ ਪਹਿਲਾਂ ਕੋਈ ਕਰਦੇ ਉਹਦੇ ਨਾਲ ਸ਼ੀਰੀ ਰਲ ਗਏ ਤੇ ਉਹ ਨਾ ਅਸਾਂ 5 ਕਿੱਲੇ ਕਪਾਹ ਬੀਜੀ ਕੋਈ ਪੱਠੇ ਪੁੱਠੇ ਬੀਜੇ ਤੇ ਉਹ ਫਿਰ ਨਾ ਅੱਲਾ ਵਿਹਲੀ ਹੋਏ ਤੇ ਉਹ ਮਗਰੋਂ ਸਾਡੂ ਨਾ ਫਿਰ ਮਾਰਕੀਟ ਸਾਡੇ ਸੀ ਘੁਣਾ ਅਜੇ ਅਸੀਂ ਬਾਈ ਪਹਿਲਾਂ ਕੋਈ ਨਹੀਂ ਨਾ ਸਾਡਾ ਕੁਛ ਆਪੇ ਗਰਦੌਲੀ ਸਾਡੇ ਨਾਲ ਕੁਝ ਦਿਆਂ ਤੇ ਉਹ ਫਿਰ ਸਾਨੂੰ ਨਾ ਜਿਵੇਂ ਲਾਟ ਹੋ ਗਏ ਕਿੱਲਾ ਜੀ ਕੀਤਾ ਸਾਨੂੰ 11 ਜੀ ਸਾਨੂੰ 11 ਕਿੱਲੇ ਲਾਟ ਹੋ ਗਏ ਹਾਂ ਤੇ ਅਸੀਂ ਪਹਿਲਾਂ ਬਾਈ ਕੁਝ ਸਾ ਕਰਦੇ ਸਹੀ ਹੋ ਗਿਆ ਸੀਰੀ ਲੈਣੇ ਤੇ ਉਹ ਬਜ਼ਾਰ ਟੁਰ ਗਏ ਅੱਛਾ ਬਜ਼ੁਰਗੋ ਜਦੋਂ ਲੋਕ ਟੁਰ ਗਏ ਇੱਥੋਂ ਹਾਂ ਜਦੋਂ ਇੱਥੋਂ ਟੁਰ ਗਏ ਉਹ ਲੋਕ ਮੁੜ ਕੇ ਕੋਈ ਆਇਆ ਵਾਪਸ ਪਿੰਡ ਵੇਖਣ ਹਾਂ ਦੋਵੇਂ ਆਇਆ ਸਾਧੂ ਕੌਣ ਆਇਆ ਸੀ ਸਾਧਾ ਸਿੰਘ ਸੀ ਉਹਦਾ ਉਹ ਦੋਵੇਂ ਆਇਆ ਬ੍ਰਾਹਮਣ ਸੀ ਉਤਰੋਂ ਨਾ ਉਹ ਜਿਨ੍ਹਾਂ ਦੇ ਪੈਸੇ ਹੁੰਦੇ ਸਨ ਨਾ ਉਹ ਫਿਰ ਆਪਣਾ ਆਪਣੇ ਆਪ ਘੁੰਮ ਤੇ ਮਿਲ ਕੇ ਮੈਂ ਪੈਸੇ ਲਿਆਉਣੇ ਨੇ ਉਹ ਫਿਰ ਨਾ ਨਾਲ ਦੇ ਟਰੱਕ ਵੀ ਲਿਆਏ ਸਨ ਉਹ ਤੇ ਨਾਲ ਅਮਲਾ ਸੀ ਨਾਲ ਪੁਲਿਸ ਵਾਲੇ ਤੇ ਫਿਰ ਨਾਲ ਠਾਣੇ ਮਦਦ ਲਈ ਸਨ ਤੇ ਫਿਰ ਪਿੰਡ ਆਏ ਸਨ ਉਹ ਪੈਸੇ ਮੈਂ ਪੁੱਟੇ ਸਨ ਆਪਣੀ ਹੱਥੀ ਪੁੱਟੇ ਨੇ 25 ਥਾਈ ਪੱਟੇ ਸਨ ਪੰਜੀ ਥਾਈ ਉਹ ਦੱਸੀ ਚ ਗਿਆ ਨਾ ਬਾਹਮਣ ਚਾਂਦੀ ਦੇ ਰੁਪਈਏ ਚਾਂਦੀ ਦੇ ਸਨ ਉਹ ਤੋੜੇ ਭਰ ਕੇ ਤੇ ਲੈ ਗਿਆ ਕਿੰਨਾ ਕੁ ਰੁਪਈਆ ਲੱਗਿਆ ਹੋਣਾ ਉਹ ਪਤਾ ਨੀ ਗਿਣੇ ਤੇ ਨਹੀਂ ਨਾ ਤੋੜੇ 5 ਤੋੜੇ 2 ਤੋੜੇ 4 ਤੋੜੇ 2 ਤੋੜੇ ਹਾਂ 2 ਤੋੜੇ ਉਹ ਚਾਟੀਆਂ ਸਨ ਭਾਂਡੇ ਤੇ ਉਹ ਫਿਰ ਬਲੂਦੇ ਜਾਂਦਾ ਸੀ ਵਿੱਚ ਆਪਣੇ ਘਰ ਦੇ ਵਿੱਚ ਨੱਪੇ ਸੀ ਉਹਨੇ ਆਪਣੇ ਅੰਗੂਠਾ ਚ ਐਡੋ ਆਡ ਨੱਪੇ ਸਨ ਨਿਸ਼ਾਨੀਆਂ ਸਨ ਲਾਈ ਗਿਆ ਤੇ ਅਸੀਂ ਪੁੱਟੀ ਗਏ ਤੇ ਉਸ ਘਰ ਦੇ ਵਿੱਚ ਕੌਣ ਆ ਕੇ ਬੈਠਾ ਸੀ ਮਹਾਜਨ ਨਾ ਉਹ ਹੁਸ਼ਿਆਰਪੁਰੀਏ ਸਨ ਉਹ ਫਿਰ ਦੂਜਾ ਘਰ ਜਿਹੜਾ ਦੇਸ ਸੀ ਉਹ ਆਇਆ ਤੇ ਦੂਜਾ ਵੈਦਕੁਰ ਦਾ ਜਿਹੜਾ ਬਾਹਮਣ ਸੀ ਨਾ ਉਹਦਾ ਦੋ ਤਰਾ ਸਿਹੜਾ ਉਹ ਵੀ ਆਏ ਇਹਨਾਂ ਮਹਾਜਨ ਸਨ ਉਹਦੇ ਤੇਲੀ ਉਤਲ ਇਸ ਮਿਲ ਕੇ ਉਹ ਆਉਂਦਾ ਸੀ ਅਸਾਂ ਉਹਨਾਂ ਦਾ ਪੜੋਲਾ ਥੱਲੇ ਆਉਂਦਾ ਸੀ ਜੇ ਉਹਨਾਂ ਪੜੋਲਾ ਦਾ ਕੀਤਾ ਚੱਲ ਲਾਮੇ ਤੇ ਪੱਟਿਆ ਦੇ ਵਿੱਚ ਭਾਂਡੇ ਨਿਕਲ ਪੈਸੇ ਨਿਕਲ ਪਾਏ ਉਹ ਆਏ ਸਨ ਉਹ ਕੱਖ ਨਹੀਂ ਸਨ ਲਗਾਏ ਬਾਬਾ ਪਾਕਿਸਤਾਨ ਉਹਨਾਂ ਦੇ ਘਰੋਂ ਪੈਸੇ ਨਿਕਲੇ ਸਨ ਤੇ ਉਹ ਗੱਜ ਖਾ ਕੇ ਨਹੀਂ ਨਿਕਲ ਪਿਆ ਤੇ ਜਿਹੜਾ ਦੇਸ ਬਾਹਮਣ ਉਹ ਵੀ ਆਇਆ ਸੀ ਦੇਸ ਉਹਦੇ ਨਾਲ ਦੇਸ ਸੀ ਜਿਹੜਾ ਪਹਿਲਾਂ ਲਗਿਆ ਸੀ ਨਾ ਉਹਦੇ ਚਾਚੇ ਦਾ ਪੁੱਤਰ ਭਰਾ ਸੀ ਉਹ ਵੀ ਪੈਸੇ ਉਹ ਵੀ ਆਇਆ ਸੀ ਉਹ ਫਿਰ ਲੋਕਾਂ ਨਾ ਗੋਟ ਅੰਦਰ ਗੋਟ ਦਿੱਤੇ ਗਏ ਅੰਦਰ ਉਹ ਪੌਦੇ ਪੱਟੇ ਉਹ ਕੱਖ ਨਹੀਂ ਲਗਾਏ ਫਿਰ
ਉਹ ਖਾਲੀ ਟੁੱਟ ਗਏ ਸਨ ਤੇ ਕਰਮ ਸਿੰਘ ਦਾ ਖੁਰਲੀਆਂ ਚੋਂ ਨਹੀਂ ਰੁਪਈਏ ਨਿਕਲੇ ਉਹ ਤੇ ਬਾਹਮਣ ਉਹਨਾਂ ਕਰਮ ਸਿੰਘ ਆਇਆ ਨਾ ਬਾਹਰ ਨੱਪੇ ਸਨ ਪਹਿਲਾਂ ਉਹ ਰਾਤੋਂ ਰਾਤ ਆਏ ਤੇ ਉੱਥੋਂ ਹੀ ਲੈ ਗਏ ਸਨ ਸਵੇਰੀਆਂ ਚੋਂ ਲੈ ਗਏ ਉਹਨਾਂ ਕੋਲ ਪੈਸੇ ਤੇ ਮੈਂ ਖਿਆਲ ਨਵੀਂ ਬਸ਼ਕ ਨਹੀਂ ਅੜ ਪਾਏ ਮੈਂ ਤੁਹਾਨੂੰ ਗੱਲ ਸੁਣਾਉਣਾ ਜਿਹੜਾ ਗੰਡਾ ਸਿੰਘ ਸੀ ਤੇ ਬਾਬੇ ਨਵੀਂ ਫਿਰ ਦਾ ਬੜਾ ਪੀਸ ਸੀ ਤੇ ਉਹਨਾਂ ਰੁਪਈਏ ਜਿੰਨੇ ਸਨ ਨਾ ਉਹਨੂੰ ਦੇ ਗਿਆ ਸੀ ਪਤਾ ਨਹੀਂ ਲੈ ਉਹ ਫਿਰ ਸਾਡੇ ਖੋਤੇ ਤੇ ਨਾ ਛੱਟ ਭਰ ਕੇ ਨਾ ਚੰਗੀ ਭਰ ਕੇ ਤੇ ਖੋਤੇ ਤੇ ਲੱਦ ਕੇ ਤੇ ਉਹ ਦੇ ਕੇ ਆਇਆ ਸੀ ਭਰਾ ਬਣਿਆ ਸੀ ਮਿਸਤਰੀ ਸੀ ਉਹਦਾ ਤੇ ਉਹ ਨਾ ਖੜੇ ਲੈ ਗਿਆ ਉਹ ਆਏ ਆਪਣੀ ਝੂੜ ਲਈ ਛੱਟ ਚੰਗੀ ਭਰੀ ਸਾਡਾ ਖੋਤਾ ਬੜਾ ਤਗੜਾ ਸੀ ਤੇ ਉਹ ਭਾਰ ਚਾਰ ਕੁ ਮਨ ਸੀ ਤੇ ਉਹ ਆਪ ਲਗਾ ਕੇ ਉਹ ਫਿਰ ਕੱਪ 'ਚ ਉਹਨੂੰ ਦੇ ਕੇ ਆਇਆ ਸੀ ਇੰਨੀ ਸੱਚਾਈ ਸੀ ਮੈਂ ਕਹਿ ਰਿਹਾ ਕਿ ਵੀਡੀਓ ਜਿਹੜੀ ਤੁਹਾਡੀ ਭਰਾ ਸੀ ਛੋਟਾ ਵੀਰੂ ਸੀ ਜਗੀਰੂ ਕੇ ਸਰਦਾਰੂ ਦੇ ਮੁੰਡੇ ਸਨ ਜਗੀਰੂ ਤੇ ਜੀਤੂ ਤੇ ਤਾਰੀ ਉਹਨਾਂ ਦਾ ਨਾਮ ਸਾਨੂੰ ਨਾਮ ਹੀ ਭੁੱਲ ਗਿਆ ਜੇ ਉਹ ਤੋਂ ਵੇਖੀਏ ਤੇ ਗਿਆਨੂ ਧਿਆਨੂ ਸੋਹਣੀ ਮੇਰਾ ਨਾ ਅੱਛਾ ਇਹ ਉੱਥੇ ਜਾਣਾ ਹੈ ਹਾਂਜੀ ਹਾਂ ਕੋਈ ਪੁਰਾਣਾ ਘਰ ਹੈਗਾ ਹੁਣ ਉਹਨਾਂ ਦੇ ਹਾਂਜੀ ਪੁਰਾਣਾ ਗੰਡਾ ਸਿੰਘ ਦਾ ਘਰ ਉੱਥੇ ਖੈਰੀ ਮੇਰੀ ਪਟਵਾਰੀਆਂ ਕੋਲੇ ਘਰ ਉਹਦਾ ਮਾਦਲ ਬੜੇ ਕਈ ਵੇਚ ਕੇ ਟੁੱਟ ਗਏ ਇੱਥੋਂ ਕਈ ਕਈ ਆਏ ਕਈ ਗਏ ਫਿਰ ਮਾਦਲ ਫਿਰ ਬਦਲ ਬਦਲ ਕੇ ਕਈ ਆਏ ਤੇ ਕਈ ਟੁੱਟ ਗਏ ਜ਼ਮੀਨਾਂ ਕਈ ਪਾਈਆਂ ਤੇ ਫਿਰ ਕਟਾ ਕੇ ਕਈ ਹੋਰ ਪਾਸੇ ਟੁੱਟ ਗਏ ਜਿੱਥੇ ਕੋਈ ਰਿਸ਼ਤੇਦਾਰ ਸਨ ਇਸ ਤਰ੍ਹਾਂ ਬੜੀ ਹੈ ਫਿਰ ਆਉਂਦੇ ਰਹੀ ਹੁਣ ਲੋਕ ਯਾਦ ਆਉਂਦੇ ਨੇ ਉਹ ਲੋਕ ਯਾਦ ਆਉਂਦੇ ਨੇ ਜਿਹੜੇ ਟੁੱਟ ਗਏ ਨੇ ਇੱਥੋਂ ਸਾਡੇ ਜੀਵ ਇਹਨਾਂ ਦੇ ਦਿਲ ਉੱਤਰ ਲੱਗ ਗਏ ਸਾਡੇ ਇੱਥੇ ਲੱਗ ਗਏ ਤੇ ਉਹ ਆਪਣਾ ਹੁਣ ਉੱਤਰ ਕਰਨਾਲ ਸਾਡੇ ਜਿਹੜੇ ਵਿਰਕੜੇ ਨੇ ਇਹਨੂੰ ਕਰਨਾਲ ਘੱਲਿਆ ਨੇ ਜ਼ਮੀਨਾਂ ਨੇ ਬੜੀ ਤਗੜੀ ਹੈ ਸਾਡੇ ਦਾਦੇ ਨਾ ਗਿਆਨ ਸਿੰਘ ਦੇ ਸਾਲ ਬਕਰਦੇ ਚ 700 ਦੀ ਮੱਝ ਨਹੀਂ ਸੀ ਵੇਚੀ 700 ਦੀ ਮੱਝ 700 ਦੀ ਉਦੋਂ ਤਾਂ ਕਹਿੰਦੇ 100 ਰੁਪਏ ਦੀ ਮੱਝ ਆ ਜਾਂਦੀ ਹਾਂਜੀ ਉਸ ਜ਼ਮਾਨੇ 'ਚ 700 ਦੀ ਮੱਝ ਵੇਚੀ ਸੀ ਤੇ ਬਜਾਏ ਉਹ ਲਈ ਸੀ ਆਪਣਾ ਗਿਆਨ ਸਿੰਘ ਨਾਮ ਦਾ ਸੀ ਖੱਤਰੀ ਗੱਲ ਇਹ ਤੂੰ ਜਿੱਥੇ ਮਰਜ਼ੀ ਆ ਸਹੁਰਾ ਜਿਹੜਾ ਕੋਈ ਕੁੜੀ ਲੈ ਗਾ ਮੈਂ ਲਿਆਵਾਂ ਬਾਬਾ ਤੇਰਾ ਲੈ ਲਾ ਸਿੱਖ ਹਾਂਜੀ ਉਹ ਨਾ ਅੱਜ ਸੁਣੋ ਉਹ ਮੱਝ ਲਈ ਜਾਣ ਨਾ ਅੰਜ ਕਰਕੇ ਇੱਥੋਂ ਲੱਗੇ ਗੋਪੇ ਰਾਹੀਂ ਆਉਂ ਬੱਲੇ ਬੱਲੇ ਮੱਝ ਬੜੀ ਕੋੜੀ ਲੱਗਿਆ ਇਹਦਾ ਪਿਓ ਨਾਲ ਗਿਆ ਸੀ ਮੱਝ ਛੱਡਣ ਇਹ ਆਉਂਦਾ ਕੱਪੜਿਆਂ ਕੋਲ ਤੇ ਮੈਂ ਉਹ ਖਲੋਤੇ ਤੇ ਕਰਦਾ ਤਾਂ ਮੈਂ ਆ ਜੀ ਗੋਪੇਰਾ ਗੋਪੇਰਾ ਉਹਦੇ ਕੱਪੜਿਆਂ ਕੋਲ ਖਲੋਦੇ ਮੇਰੇ ਕੋਲ ਸਿੱਖਾ ਸਿੱਖ ਅੱਖ ਲੱਗਾ ਮਾਰੀ ਜਿਵੇਂ ਖੱਤਰੀ ਅੱਖ ਲੱਗਾ ਗੱਲ ਵੇ ਕੋਈ ਮੱਝ ਲਈ ਆਏ ਉਸ ਆਖਿਆ ਤੇਰਾ ਪਿਓ ਹੋਕਾ ਪੀਂਦਾ ਤੇ ਖੱਤਰੀ ਪੀਂਦੇ ਨਹੀਂ ਸਨ ਪੀਂਦੇ ਸਨ ਉਸ ਆਖਿਆ ਠੀਕ ਹੈ ਉਸ ਆਖਿਆ ਲੈ ਦੋਸਤ ਤੰਬਾਕੂ ਦੇ ਦੇ ਤੇ ਗੱਲ ਵੇ ਮੱਝ ਮੈਂ ਲੈ ਜਿਹੜੇ ਗਏ ਨੇ ਗੋਪੇਰਾ ਵਿਰਾਜ ਸਿੱਖ ਅੱਗੋਂ ਹਾਲ ਮਹਿਮਾਨ ਉਹ ਲੈ ਉਹ ਖਲੋ ਜਾ ਮੱਝ ਆ ਲਿਆ ਇਹ ਕਿਹਦੇ ਕੋਲ ਅਖੇ ਜਵਾਇ ਮੋਚੀ ਕੋਲ ਅਖੇ ਗੱਲ ਇਹ ਉਹ ਤੁਸੀਂ ਮਰ ਗਏ ਸਿੱਖ ਫਲਾਣਾ 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 ਚੋਰ ਫਲਾਣਾ ਫਲਾਣਾ ਚੋਰ ਤੇ ਉਹ ਜੰਮ ਮਰੀ ਬੋਲ ਤੇ ਉਹ ਮੇਰਾ ਆਉਂਦਾ ਹੈ ਉਹ ਕੱਪੜੇ ਦੇ ਮੈਰੇ ਉਹ ਫੜਦੇ ਨੇ ਤੇ ਸਾਨੂੰ ਮੈਂ ਹੈਗਾ ਜਾ ਕੇ ਲਾਉਂਦਾ ਮੇਰੀ ਮੱਝ ਫੜ ਸਕਦੇ ਨਾਲੇ ਮੈਂ ਪਿਓ ਆ ਕੇ ਮੈਂ ਪਿੱਛੋਂ ਵੇਖਾਂ ਕਿਉਂ ਝੂਠਾ ਦੀ ਬਾਬਾ ਜੀ ਜਵਾਨੀ ਦੇ ਵਿੱਚ ਕੁਸ਼ਤੀ ਵੀ ਕਰਦੇ ਰਹੇ ਹੋ ਨਹੀਂ ਜੀ ਕੁਸ਼ਤੀ ਨਹੀਂ ਮੈਂ ਕੀਤੀ ਤੇ ਆਪ ਪੁੱਛ ਲਓ ਹੜ ਆਉਣੇ ਹੜ ਆਉਣੇ ਡੇਢ ਮਨ ਦਾ ਦੌੜਾ ਤੈਨੂੰ ਪਤਾ ਪਤਾ ਤੇ 12 ਸਿਰ ਦੁੱਧ ਮੈਂ ਪਰਮਾ ਕੇ ਲਿਆਉਂਦਾ ਰਿਹਾ ਹਾਂ ਦੁੱਧ ਲਿਆਉਣਾ ਤਾਂ ਪਾਣੀ ਦੇ ਵਿੱਚੋਂ ਪਾਣੀ ਦੇ ਵਿੱਚੋਂ ਤੇ ਆਹ 8 ਨਹੀਂ 16 ਅੱਛਾ ਇਹ ਮੈਂ 16 ਹੱਥ ਛਾਲ ਮਾਰ 16 ਹੱਥ ਛਾਲ ਮਾਰਦੇ ਸੀ ਹਾਂ ਜੀ ਆਹ ਗਿਣ ਕੇ ਦੇਖ ਲਓ ਇਹ ਦੁੱਧ ਚੋਂਦਾ ਹੁੰਦਾ ਲਿਆਉਂਦਾ ਸੀ ਉਹਨਾਂ ਦਾ ਦੁੱਧ ਇਹਨਾਂ ਤਰੀਕ ਸੀ ਜਿਹੜਾ ਆਪਣੇ ਕੋਲ ਇਹ ਤਗੜਾ ਬੜਾ ਸੀ ਅੱਛਾ ਬਾਹ ਵੀ ਫੜ ਲੈਂਦੇ ਹੋ ਬਾਹ ਵੀ ਫੜ ਲੈਂਦੇ ਹੋ ਬਾਹ ਫੜਦਾ ਸੀ ਬਾਹ ਦਾ ਕੀ ਰਿਕਾਰਡ ਸੀ ਬਾਬੇ ਦਾ ਬਾਬਾ ਜੀ ਮੈਂ ਮੇਲੇ 'ਚ ਫੜਦਾ ਰਿਹਾ ਬਾਈ ਮੇਰੀ ਛੱਡਦਾ
ਕਿਹੜੇ ਕਿਹੜੇ ਮੇਲੇ ਚ ਬਾਂਹ ਫੜੀ? ਮੈਂ ਬਾਬਾ ਜੀ ਆ ਮੇਲਿਆਂ ਦੇ ਆਪਣੇ ਪਿੰਡ ਦੇ ਮੇਲੇ ਚ ਹਾਂ ਤੇ ਛੜਵਾਈ ਕਦੀ ਕਿਸੇ ਨੇ? ਹਾਂਜੀ ਕਦੀ ਕਿਸੇ ਨੇ ਛੜਵਾਈ? ਨਹੀਂ ਜੀ ਇੱਕ ਇੱਕ ਬੰਦਾ ਸਾਹਮਣਾ ਰਿਹਾ ਸਾਰੀ ਜ਼ਿੰਦਗੀ ਹਾਂ ਬਾਕੀ ਕਿਸੇ ਨੇ ਛੜਵਾਈ ਨਾ ਬੜੀ ਬਾਂਹ ਪੂਣੀਆਂ ਲੈ ਜਾਣ ਪਈਆਂ ਨੀ ਪੀਂਗਾ ਚੋਟ ਦੀ ਮੋਲਾ ਤੇਰੇ ਅੱਗੇ ਤਕੜੀ ਲਾਈ ਤੈਨੂੰ ਤਾਨੇ ਦੇਣੀਆਂ ਸੀ ਤੇ ਉਹ ਬਾਬਾ ਜੀ ਨਾ ਉਹ ਕਮਿਆਰ ਨੇ ਮੈਨੂੰ ਗੰਦਿਆ ਕਰ ਦਿੱਤਾ ਅੱਛਾ ਲੰਘਿਆ ਕਰ ਵੀ ਕਰਨੇ ਨਹੀਂ ਚੜਿਆ ਗੁੱਸਾ ਮੈਂ ਕਿਹਾ ਮੈਂ ਬਾਂਹ ਫੜੀ ਆ ਬਾਬਾ ਜੀ ਜਿਹੜੇ ਬਾਂਹ ਫੜੀ ਨਾ ਤੇ ਪਿਚਕਾਰੀ ਕੋਈ ਉਹਦੇ ਕੱਪੜੇ ਭਰੇ ਗਏ ਇੱਥੇ ਚੰਦਰਾ ਅੱਛਾ ਤੇ ਮੈਂ ਬਾਬਾ ਜੀ ਮੇਰਾ ਕੰਮ ਹੈ ਸਾਡਾ ਜ਼ਰੂਰ ਲੈਣਾ ਅੱਛਾ ਮੁੰਡੇ ਕੀ ਵਾਹ ਜੀ ਵਾਹ ਬੱਲੇ ਬੱਲੇ ਉਹ ਤਾਂ ਛਡਾ ਗਿਆ ਸੀ ਕਿਹਦੇ ਕੋਲ ਹੈ ਕਿਹਦੇ ਕੋਲ ਬਾਹਰ ਛਡਾ ਗਿਆ ਸੀ ਲੋ ਜੀ ਬਾਬਾ ਜੀ ਕਹਿੰਦੇ ਪਏ ਨੇ ਕਿ ਮੇਰੇ ਨਾਲ ਜਿਹੜਾ ਮਰਜ਼ੀ ਬੰਦਾ ਬਾਂਹ ਫੜਵਾ ਲਵੇ ਮੈਂ ਛੜਾ ਲਵੇ ਤੇ ਮਰ ਜਾਗਾ ਸੌ ਸਾਲ ਉਮਰ ਹੋ ਗਈ ਬਾਬਾ ਜੀ ਦੀ ਤੁਹਾਡੀ 100 ਸਾਲ ਉਮਰ ਹੋ ਗਈ ਅੱਜ ਵੀ ਇੰਨਾ ਜ਼ੋਰ ਆ ਕੀ ਖਾਂਦੇ ਰਹੇ ਹੋ? ਮੈਂ ਬਾਬਾ ਜੀ ਮਲਾਈਆਂ ਲਾ ਲਾ ਕੇ ਉੱਤੋਂ ਦੁੱਧ ਪੀਣੇ ਅੱਛਾ ਵਿਹਲਿਆ ਰਹਿਣਾ ਦੁੱਧ ਚੌਰ ਦੁੱਧ ਬਤੇਰਾ ਪੀ ਹੁਣ ਇੱਕ ਬੰਦਾ ਸਾਰੇ ਸਿਆਪਾ ਪਿਟਣਾ ਤਾਂ ਕਰਦਾ ਸਰ ਕਦੇ ਤੁਹਾਡੇ ਤੇ ਹੁਣ ਕਹਿੰਦੇ ਚਿੱਟਿਆਂ ਤੋਂ ਕਾਲੇ ਆਉਣ ਲੱਗ ਪਏ ਨੇ ਆਉਣ ਲੱਗ ਪਏ ਜੀ ਇਹ ਫੁੱਲ ਚਿੱਟੇ ਸੀ ਚਿੱਟਿਆਂ ਤੋਂ ਕਾਲੇ ਮਾਈ ਤੁਹਾਡੀ ਨੇ ਇਹਦਾ ਮਤਲਬ ਤੁਹਾਡੀ ਸਾਂਭ ਕੀਤੀ ਚੰਗੀ ਹਾਂਜੀ ਇਹ ਜਦੋਂ ਇੱਥੇ ਕਿਸਾਨਾਂ ਇੱਥੇ ਉਦੋਂ ਮੈਂ ਫਾਇਲ ਹੀ ਮੰਗਿਆ ਸਾ ਅੱਛਾ ਉਹ ਮਰ ਗਈ ਫਿਰ ਮੁੜ ਕੇ ਠੱਡੀ ਠੱਡੀ ਮੰਗਿਆ ਹਾਂ ਇੱਥੇ ਫਿਰ ਦਿੱਤਾ ਤੂੰ ਵੀ ਮਾਰ ਸਕਿਆ ਸਾਡੇ ਸਾਡੇ ਪਿੰਡ ਦਾ ਅੱਛਾ ਫਿਰ ਮੇਰੇ ਨਾਲੇ ਕੋਈ ਨਾ ਜਾਏ ਮੈਂ ਇਕੱਲਾ ਬਹਿ ਰਿਹਾ ਉਸ ਛੱਪੜੀ 'ਚ ਕਿਉਂ ਡਰਦਾ ਉਹ ਫਿਰ ਦੋ ਬੰਦੇ ਗਏ ਫਿਰ ਉਹਨਾਂ ਗੱਲ ਮੇਰਾ ਨਿਕਾਹ ਕਰਕੇ ਲਿਆ ਅੱਲਾ ਪੁੱਤਰ ਵੀ ਦਿੱਤਾ ਟੱਬਰ ਵੀ ਮਰ ਗਿਆ ਅੱਛਾ ਤੇ ਆਪਣਾ ਬੱਚਾ ਵੀ ਮਰ ਗਿਆ ਅੱਛਾ ਬੱਚਾ ਵੀ ਫੌਤ ਹੋ ਗਿਆ ਹਾਂ ਫਿਰ ਆ ਜੰਗੀਰਪੁਰੇ ਜੰਗੀਰਪੁਰੇ ਇਹਦੇ 'ਚ 6 ਬੱਚੀਆਂ ਅੱਛਾ ਤੇ ਦੋ ਬੱਚੇ ਦੋ ਗੁਜ਼ਰ ਗਏ ਹਨ ਅੱਛਾ ਸਹੀ ਸਹੀ ਤੇ ਹੁਣ ਅੱਲਾ ਚਾਹੇ ਬਾਬਾ ਠੀਕ ਹੋ ਗਿਆ ਬਾਬਾ ਜੀ ਬੜਾ ਵਧੀਆ ਲੱਗਿਆ ਮਾਸ਼ਾਅੱਲਾ ਸਬਜ਼ਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।